ਅੱਛਾ ਜੀ, ਮੇਰੇ ਨਾਲ ਮੇਰੇ ਪੇਸ਼ੈਂਟ ਬੈਠੇ ਆ ਐਂਡ ਸ਼ੀ ਇਜ਼ ਏ ਡਾਕਟਰ ਬਾਏ ਪ੍ਰੋਫੈਸ਼ਨ। ਇਹਨਾਂ ਦੇ ਅਸੀਂ ਸਰਜਰੀ ਕੀਤੀ ਸੀ। ਕਿੰਨੇ ਦਿਨ ਹੋ ਗਏ ਡਾਕਟਰ ਸਾਹਿਬ ਤੁਹਾਡੇ ਸਰਜਰੀ? 1.5 ਸਾਲ ਹੋ ਗਿਆ ਡਾਕਟਰ ਸਾਹਿਬ ਮੇਰੇ ਲਈ। ਤੇ ਸ਼ੀ ਹੈਜ਼ ਲੋਸਟ ਮੋਰ ਦੈਨ 60 ਕਿਲੋ ਤੋਂ ਅੱਗੇ। ਹਾਂਜੀ ਡਾਕਟਰ ਸਾਹਿਬ, ਦੱਸੋ ਤੁਸੀਂ ਕਿੰਨਾ ਵੇਟ ਸੀ? ਜਦ ਇਨੀਸ਼ੀਅਲੀ ਸੀਗਾ ਦੈਟ ਵਾਸ 160.8 ਤੇ ਮੈਨੂੰ ਡਿਫਿਕਲਟੀਜ਼ ਬਹੁਤ ਹੋਣ ਲੱਗ ਗਿਆ ਸੀਗੀਆਂ। ਇਨੀਸ਼ੀਅਲ ਤਾਂ ਮੈਂ ਵੇਟ ਲੂਸ ਕੀਤਾ ਸੀ ਜਿੰਨੇ ਨਾਲ, ਪਰ ਉਹ ਗੇਨ ਹੋ ਗਿਆ ਦੁਬਾਰਾ। ਫਿਰ ਮੈਂ ਕੰਸਲਟ ਕੀਤਾ ਤਾਂ ਮੈਨੂੰ ਜਿੰਨੇ ਵੀ ਡਾਕਟਰਸ ਨੇ ਮਿਲੀ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਅਗਰ ਤੁਹਾਨੂੰ ਰੀਗੇਨ ਹੋ ਰਿਹਾ ਤਾਂ ਯੂ ਨੀਡ ਟੂ ਡਨ ਸਰਜਰੀ। ਕਿੰਨਾ ਵੇਟ ਲੂਸ ਤੁਸੀਂ ਕਰ ਲੈਂਦੇ ਜਿੰਮ ਦੇ ਨਾਲ? ਦੈਟ ਇਜ਼ 10-20 ਇੰਨਾ ਹੋ ਸਕਦਾ ਸੀ। ਆਪ ਕਰੇ ਦਾ ਤਾਂ ਹੁਣ ਤਾਂ ਸੀ ਯੂ ਮੋਸਟ ਮੋਰ ਦੈਨ 60 ਕਿਲੋ। ਇੰਨਾ ਤਾਂ ਨਹੀਂ ਕਦੀ ਲੂਸ? ਨਹੀਂ ਨਹੀਂ ਐਂ ਤਾਂ ਕੋਈ ਹੈਲਥ ਇਸ਼ੂਜ਼ ਵੀ ਆ ਰਹੇ ਸੀ ਇਹਦੇ ਵੇਟ ਦੇ ਨਾਲ? ਹਾਂਜੀ, ਮੈਨੂੰ ਸਲੀਪ ਐਪਨੀਆ ਹੋ ਗਿਆ ਸੀਗਾ। ਜੇ ਰਾਤ ਨੂੰ ਮੈਂ ਸੌਂਦੀ ਸੀ ਉੱਠ ਕੇ ਬੈਠ ਜਾਂਦੀ ਸੀ, ਮੈਨੂੰ ਚੋਕ ਫੀਲ ਹੁੰਦਾ ਸੀ ਕਿ ਮੇਰਾ ਸਾਹ ਰੁਕ ਰਿਹਾ। ਕਿਹੜੀ ਕਿਹੜੀ ਪ੍ਰੋਬਲਮ ਸਾਰੇ ਠੀਕ ਹੋ ਗਈਆਂ? ਮੈਂ ਬੋਨ ਫੀਲ ਨਾ, ਮੈਨੂੰ ਫਿਟਿੰਗ ਗਿਆ ਨਾ, ਵੀਕਨੈਸ ਹੈ ਨਾ, ਹੀ ਨੂੰ ਸਾਹ ਚੜਦਾ। ਮੈਂ ਕਿੰਨਾ ਵੀ ਵਰਕ ਆਊਟ ਕਰਦਾ ਮੈਂ ਥੱਕਦੀ ਨਹੀਂ ਆ ਦੂਜੀ ਵੀ। ਹਰ ਤੁਸੀਂ ਕੰਮ ਕਰ ਲਓ ਐਂ ਤੁਸੀਂ ਮੈਂ ਦੇਖਿਆ ਤੁਸੀਂ ਕਾਫੀ ਕਰਦੇ ਹੋ, ਫੇਸ਼ੀਅਲ ਅਸਥੈਟਿਕਸ ਕਰਦੇ ਹੋ, ਡੈਂਟਲ ਪ੍ਰੈਕਟਿਸ ਹੈ ਤੁਹਾਡੇ ਕੋਲ, ਮੈਨੇ ਫੇਸ ਤੇ ਕੀ ਰეკਮੈਂਡ ਕਰੋਗੇ? ਲਾਈਕ ਮੈਨੂੰ ਤੁਸੀਂ ਅੱਜ ਮੈਨੇ ਸ਼ੇਅਰ ਕੀਤਾ ਦੈਟ ਯੂ ਗੋਇੰ ਟੂ ਗੈਟ ਮੈਰਿਡ ਨਾਉ ਹੈ, ਕਿਸੇ ਸਾਲ ਦੇ ਵਿੱਚ ਵਿਆਹ ਵੀ ਕਰਦਾ ਹੈਗਾ, ਸੋ ਤੁਸੀਂ ਕੀ ਰეკਮੈਂਡ ਕਰੋਗੇ ਤੋ ਯੰਗਸ ਲੜਕੇ ਲੜਕੀਆਂ ਜਿਹੜੇ ਓਵਰਵੇਟ ਤਾਂ ਹੈਗੇ ਬਟ ਕੋਈ ਨਾ ਕੋਈ ਫੀਅਰ ਹੈ ਮਨ ਚ, ਸਰਜਰੀ ਨਹੀਂ ਕਰਾਉਂਦੇ, ਵਟ ਟੁੱਕ ਯੂ ਸੋ ਲੌਂਗ ਟੂ ਕਮ ਟੂ ਅਸ ਐਂਡ ਸਪਾਕੇ ਲਈ ਕੀ ਐਡਵਾਈਸ ਦੇਵੋਗੇ? ਮੈਂ ਇਹੀ ਕਹੂੰਗੀ ਕਿ ਮੈਨੂੰ ਵੀ ਪਹਿਲੇ ਬਹੁਤ ਡਰ ਸੀ ਕਿ ਸਰਜਰੀ ਹੈ ਬਹੁਤ ਵੱਡੀ ਚੀਜ਼ ਹੈ, ਨਹੀਂ ਕਰਵਾਉਣਾ ਚਾਹੀਦਾ, ਬਟ ਇਫ ਇਟ ਇਜ਼ ਨੀਡਿਡ ਇਟ ਗੈਟਸ ਟੂ ਬੀ ਡਨ ਐਸ ਸੂਨ ਐਸ ਪੋਸੀਬਲ ਐਂਡ ਕੋਈ ਵੀ ਇਸ ਦਾ ਸਾਈਡ ਇਫੈਕਟਸ ਨਹੀਂ ਹੁੰਦੇ। ਆਈ ਫੀਲ ਲਾਈਕ ਜਿੱਦਾਂ ਨੋਰਮਲ ਹਿਊਮਨ ਬੀਂਗ ਹੁੰਦਾ, ਮੈਨੂੰ ਕੁਛ ਇੱਦਾਂ ਨਹੀਂ ਲੱਗ ਰਿਹਾ ਕਿ ਮੈਂ ਸਰਜਰੀ ਕਰਵਾਉਂਗੀ ਤਾਂ ਕੁਛ ਡਿਫਰੈਂਟ ਉਹ ਹੋਇਆ, ਮੇਰੀ ਬਾਡੀ ਤੇ ਕੋਈ ਨਿਸ਼ਾਨ ਨਥਿੰਗ। ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਡਾਕਟਰ ਸਾਹਿਬ। ਇਹਦੇ ਇਹਨਾਂ ਦਾ ਫੇਸ ਜਾਣ ਕੇ ਅਸੀਂ ਗਲਤ ਕਰ ਰਹੇ ਹਾਂ, ਬਟ ਸ਼ੀ ਇਜ਼ ਵੈਰੀ ਓਪਨ, ਇਹਨਾਂ ਸਾਨੂੰ ਆਪਣੀ ਸਟੋਰੀ ਸ਼ੇਅਰ ਕੀਤੀ ਹੈ। ਸੋ ਇਹ ਬੀਂਗ ਏ ਡਾਕਟਰ, ਇਹਨਾਂ ਦੇ ਕਾਫੀ ਰਿਸਰਚ ਵੀ ਕੀਤੀ ਆਉਣ ਤੋਂ ਪਹਿਲਾਂ, ਸਾਰੀ ਫੈਮਿਲੀ ਡਾਕਟਰਸ ਦੀ ਹੈ ਤੇ ਇਹਨਾਂ ਕਾਫੀ ਰਿਸਰਚ ਕੀਤੀ, ਦੈਨ ਸ਼ੀ ਟੁੱਕ ਦਿਸ ਡਿਸੀਜਨ ਬਿਕੋਜ਼ ਨੋ ਡਾਊਟ ਜਿਹੜੀਆਂ ਲਾਈਫ ਸਟਾਈਲ ਚੇਂਜਿੰਗ ਅਸੀਂ ਸਾਨੂੰ ਰਿਕਮੈਂਡ ਕਰਦੇ ਹਾਂ ਕਰੋ, ਪਰ ਉਹਨਾਂ ਤੁਸੀਂ ਉਹ ਪਰਮਾਨੈਂਟ ਰਿਜ਼ਲਟ ਨਹੀਂ ਮਿਲਦੇ ਜਾਂ ਜਿਹਨਾਂ ਤੱਕ ਚਾਹੀਦੇ ਨਹੀਂ ਗਏ। ਤੁਸੀਂ 60 ਕਿਲੋ ਉੱਪਰ ਲੂਜ਼ ਕਰਕੇ ਉਹਨਾਂ ਲੱਗਾ ਵੀ ਮੈਂ ਯੂ ਆਰ ਇਨ ਅ ਨਾਰਮਲ ਸਟੇਜ ਆਫ ਯੂਅਰ ਲਾਈਫ। ਉਸ ਟਾਈਮ ਤਾਂ ਮੈਂ ਡੈਥ ਦੇ ਬਿਲਕੁਲ ਪਾਸ ਸੀ, ਮੈਨੂੰ ਮੇਰੀ ਫੈਮਿਲੀ ਕਹਿ ਦਿੰਦੀ ਸੀ ਕਿ ਇੰਨਾ ਜ਼ਿਆਦਾ ਗੱਲ ਚੱਲਣਾ ਨਹੀਂ, ਬਹੁਤ ਲੰਬੇ ਗੁੱਸਾ ਰਹਿੰਦਾ ਸੀਗਾ। ਥੈਂਕ ਯੂ ਸੋ ਮਚ।